ਬੀਜੇਪੀ ਪੰਜਾਬ ਦੇ ਵਿੱਚ ਇਕੱਲੇ ਚੋਣ ਲੜ ਰਹੀ ਹੈ ਪਹਿਲਾਂ ਤੋਂ ਲਗਾਤਾਰ ਸ਼੍ਰੋਮਣੀ ਅਕਾਲੀ ਦੇ ਨਾਲ ਦੇ ਗੱਠਜੋੜ ਚੱਲਦਾ ਸੀ ਸੋ ਹੁਣ ਇਸ ਵਾਰ ਤਰਾਤਲ ਤੇ ਕੀ ਸਥਿਤੀ ਹੈ ਔਰ ਕਿਹੜੀਆਂ-ਕਿਹੜੀਆਂ ਸਟ੍ਰੈਟਜੀਜ਼ ਜਿਹੜੀਆਂ ਨੇ ਉਹ ਅਪਣਾਈਆਂ ਜਾ ਰਹੀਆਂ ਨੇ ਸकल्ਪ ਪੱਤਰ ਹੋ ਜਾਣ ਜਾਂ ਫਿਰ ਲੋਕਾਂ ਦੇ ਵਿੱਚ ਕਿਸ ਰੀ ਕਿਸ ਦੇ ਨਾਲ ਵਿਚਰ ਰਹੇ ਨੇ ਸਾਡੇ ਨਾਲ ਸਟੇਟ ਮੀਡੀਆ ਹੈੱਡ ਵੀਟੀ ਜੋਸ਼ੀ ਨੇ ਗੱਲਬਾਤ ਕਰਦੇ ਜੋਸ਼ੀ ਜੀ ਤਰਾਤਲ ਦੇ ਉੱਤੇ ਕੀ ਸਥਿਤੀ ਹੈ ਬੀਜੇਪੀ ਦੀ ਅਜਕਲ ਦੇਖੋ ਤਰਾਤਲ ਦੇ ਉੱਪਰ ਲੋਕ ਬੀਜੇਪੀ ਨੂੰ ਅੱਛਾ ਸਮਰਥਨ ਦੇ ਰਹੇ ਆ ਪਰਵਾਹ ਹੁੰਗਾਰਾ ਦੇ ਰਹੇ ਆ ਔਰ ਜਿਹੜੀ ਆਮ رائے ਹੈ ਉਸ ਉਲਟ ਜਾ ਕੇ ਸਾਨੂੰ ਪਿੰਡਾਂ 'ਚ ਵੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਸ਼ਹਿਰਾਂ 'ਤੇ ਮਿਲ ਰਿਹਾ ਪਿੰਡਾਂ 'ਚ ਵੀ ਮਿਲ ਰਿਹਾ ਔਰ ਖੁਸ਼ੀ ਦੀ ਗੱਲ ਇਸ ਵਾਰ ਇਹ ਹੈ ਲੋਕ ਕਹਿੰਦੇ ਵੀ ਸਾਡੇ ਘਰ ਤੇ ਜੇ ਝੰਡਾ ਨਾ ਲਾਓ ਸਾਡੇ ਦਾ ਸਟicker ਨਾ ਲਾਓ ਪਰ ਸਾਡੀ ਵੋਟ ਜਿਹੜੀ ਹੈ ਨਾ ਫੁੱਲ ਨੂੰ ਪੈਣੀ ਹੈ ਕਮਲ ਨਹੀਂ ਕਹਿੰਦੇ ਫੁੱਲ ਨੂੰ ਪੈਣੀ ਹੈ ਫੁੱਲ ਕਹਿੰਦੇ ਨੇ ਠੀਕ ਹੈ ਔਰ ਜਿਹੜੇ ਸ਼ਹਿਰੀ ਆਦਮੀ ਹੈ ਉਹ ਕਹਿੰਦੇ ਜਿਸ ਵਾਰ ਸਾਡੀ ਵੋਟ ਮੋਦੀ ਨੂੰ ਪੈਣੀ ਹੈ ਉੱਥੇ ਵੀ ਕਮਲ ਦਾ ਫੁੱਲ ਨਹੀਂ ਕਹਿੰਦੇ ਮੋਦੀ ਨੂੰ ਪੈਣੀ ਹੈ ਸਾਨੂੰ ਰਿਸਪੌਂਸ ਅੱਛਾ ਮਿਲ ਰਿਹਾ ਹੈ ਔਰ ਜੜ ਜੜੇ ਲੋਕ ਜਿਹਨੂੰ ਕਹਿੰਦੇ ਨਾ ਜੀ 올 ਪੈਟਰਨਸ ਦੇ ਆਧਾਰ ਤੇ ਪ੍ਰੈਡਿਕਸ਼ਨਸ ਕਰਦੇ ਪਏ ਨੇ ਉਹਨਾਂ ਸਾਰੇ ਦੀ ਪ੍ਰੈਡਿਕਸ਼ਨਸ ਗਲ ਜਾਣਗੀ ਔਰ ਭਾਜਪਾ ਪਾਰਟੀ ਜਿਹੜੀ ਹੈ ਪੰਜਾਬ ਦੇ ਅੰਦਰ ਭਗਵੰਤ ਮਾਨ ਦਾ ਨਾਰਾ ਜ਼ਰੂਰ ਪਰੇਗੀ 13 0 13 55 0 ਭਗਵੰਤ ਮਾਨ ਔਰ ਇੱਕ ਪਾਸੇ ਦੇ ਆ ਲਈਏ ਤਾਂ ਭਗਵੰਤ ਮਾਨ ਸਾਹਿਬ ਤਾਂ ਲਗਾਤਾਰ ਵੀ ਰੋਡ ਸ਼ੋ ਵੀ ਕਰਦੇ ਆ ਫਿਰ ਜਿਸ ਤਰੀਕੇ ਨਾਲ ਹਰੇਕ ਵਾਰ ਇੱਕੋ ਹੀ ਨਾਰਾ ਹੁੰਦਾ 13 0 ਔਰ ਬਾਕੀ ਪਾਰਟੀਆਂ ਜਿਹੜੀਆਂ ਨੇ ਫਿਰ ਉਹ ਕਿੱਥੇ ਜਾਣਗੀਆਂ ਜੋਸ਼ੀ ਜੀ ਜਿਸ ਤਰੀਕੇ ਨਾਲ ਬੀਜੇਪੀ ਆ ਕਾਲੀਦਾਲ ਹੈ ਕਾਂਗਰਸ ਹੈ ਬਸਪਾ ਹੈ ਹੋਰ ਕੱਲ ਸਾਰੀਆਂ ਸੀਟਾਂ ਆਮ ਆਦਿ ਜਿਹੜੀਆਂ ਪਾਰਟੀ ਨੂੰ ਜਾ ਸਕਦੀਆਂ ਨਹੀਂ ਇਸ ਤਰ੍ਹਾਂ ਨਹੀਂ ਹੈ ਜੋ ਤੁਸੀਂ ਗੱਲ ਕਹਿ ਰਹੇ ਹੋ ਨਾ ਲੋਕਾਂ ਦਾ ਰਿਸਪੌਂਸ ਦੇ ਆਧਾਰ ਤੇ ਅਸੀਂ ਕਹਿ ਰਹੇ ਹਾਂ ਵੀ ਸਾਨੂੰ ਲੋਕ ਰਿਸਪੌਂਡ ਕਰ ਰਹੇ ਨੇ ਤੇ ਜੋ ਲੋਕ ਸਾਨੂੰ ਰਿਸਪੌਂਡ ਕਰ ਰਹੇ ਨੇ ਸਾਨੂੰ ਦਿਖ ਰਿਹਾ ਹੈ ਤੇ ਅਸੀਂ ਬੋਲ ਰਹੇ ਹਾਂ ਬਾਕੀ ਤਾਂ ਡੈਮੋਕ੍ਰੇਸੀ ਸਾਰੇ ਆਪਣੀ ਤਰ੍ਹਾਂ ਆਪਣੀ ਗੱਲ ਰੱਖਦੇ ਨੇ ਔਰ ਇਹ ਡੈਮੋਕ੍ਰੇਸੀ ਵਾਲੀ ਅੱਛੀ ਚੀਜ਼ ਵੀ ਹੈ ਕਿ ਵੀ ਜਿੰਨੀ ਸਟਰੋਂਗ ਗਵਰਨਮੈਂਟ ਚਾਹੀਦੀ ਰੂਲਿੰਗ ਉਨੀ ਆਪੋਜੀਸ਼ਨ ਵੀ ਸਟਰੋਂਗ ਚਾਹੀਦੀ ਹੈ ਇਸੇ ਕੋ ਦਰਾਵਣੀ ਹੈ ਲੇਕਿਨ ਹੁਣ ਜਿਹੜੀ ਪੰਜਾਬ ਦੀ ਰੂਲਿੰਗ ਪਾਰਟੀ ਹੈ ਜਿਹੜੀ ਹੁਣ ਆਪੋਜੀਸ਼ਨ ਜਾਣ ਵਾਲੀ ਹੈ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਉਹ ਤਾਂ ਇਸ ਗੱਲ ਕਰਦੇ ਨੇ ਜਿਵੇਂ ਬਹੁਤ ਵੱਡੇ ਅਹੰਕਾਰ ਚ ਬੈਠੇ ਹੋਏ ਹੈ ਦੇਖੋ ਆਵਾਦੀ ਪਾਰਟੀ ਪੰਜਾਬ ਦੇ ਅੰਦਰ ਕਾਂਗਰਸ ਦੇ ਖਿਲਾਫ ਹੈ ਦਿੱਲੀ ਚ ਕਾਂਗਰਸ ਦੇ ਨਾਲ ਹੈ ਠੀਕ ਹੈ ਹੁਣ ਮੈਨੂੰ ਆਵਾਦੀ ਪਾਰਟੀ ਔਰ ਕਾਂਗਰਸ ਇਹਨਾਂ ਦੋਨਾਂ ਦੇ ਕੈਂਡੀਡੇਟ ਗੱਲ ਦੱਸਦੇ ਨੇ ਵੀ ਤੁਸੀਂ ਪੰਜਾਬ ਚ ਕਹਿੰਦੇ ਹੋ ਆਵਾਦੀ ਪਾਰਟੀ ਮਾੜੀ ਹੈ ਤੇ ਕਾਂਗਰਸ ਕਹਿੰਦੀ ਹੈ ਆਵਾਦੀ ਪਾਰਟੀ ਕਹਿੰਦੀ ਹੈ ਕਾਂਗਰਸ ਮਾੜੀ ਹੈ ਪੰਜਾਬ ਚ ਠੀਕ ਹੈ ਜੇ ਕੱਲ ਨੂੰ ਕਾਂਗਰਸ ਦਾ ਬੰਦਾ ਇਲੈਕਸ਼ਨ ਜਿੱਤ ਗਿਆ ਜਾਂ ਆਵਾਦੀ ਪਾਰਟੀ ਜਿੱਤ ਗਿਆ ਦਿੱਲੀ ਜਾ ਕੇ ਕਿਹੜੀ ਸਰਕਾਰ ਦਾ ਸਮਰਥਨ ਕਰੇਗਾ ਇਹਦਾ ਮਤਲਬ ਇਹ ਹੋਇਆ ਕਿ ਆਵਾ ਦੀ ਪਾਰਟੀ ਦਾ ਐਮਪੀ ਜਿਹੜਾ ਪੰਜਾਬ ਚ ਕਾਂਗਰਸ ਦੇ ਖਿਲਾਫ ਚੋਣਾਂ ਲੜ ਰਿਹਾ ਹੈ ਦਿੱਲੀ ਚ ਜਾ ਕੇ ਰਾਹੁਲ ਗਾਂਧੀ ਨੂੰ ਪ੍ਰਾਈਮ ਮਿੰისტਰ ਬਣਾਏਗਾ ਠੀਕ ਹੈ ਜੇ ਦੇਖਿਆ ਜਾਵੇ ਤਾਂ ਕਾਂਗਰਸ ਦਾ ਜਿਹੜਾ ਐਮਪੀ ਹੈ ਥੋ ਬਣ ਕੇ ਅਗਰ ਜਾਂਦਾ ਹੈ ਤੇ ਦਿੱਲੀ ਚ ਜਾ ਕੇ ਉਹ ਅਲਾਈਅੰਸ ਇੰਡੀ ਅਲਾਈਅੰਸ ਜਿਸ ਆਵਾ ਦੀ ਪਾਰਟੀ ਹੈ ਉਹਦੇ ਮੰਤਰੀਆਂ ਨੂੰ ਸਪੋਰਟ ਕਰੇਗਾ ਠੀਕ ਹੈ ਇਸੇ ਕਰੇਗਾ ਨਾ ਅਗਰ ਉਹਨਾਂ ਨੂੰ ਜਿੱਤ ਦੇ ਤੇ ਬੜਾ ਕਨਫਿਊਜ਼ਨ ਹੈ ਤੇ ਮੈਂ ਇਹ ਨਾ ਕਹਿਣਾ ਚਾਹਾਂਗਾ ਕਿ ਰਾਹੁਲ ਗਾਂਧੀ ਜੀ ਦੀ ਦੁਕਾਨ ਜੜੀ ਹੈ ਨਾ ਉਹ ਮੁਹੱਬਤ ਦੀ ਦੁਕਾਨ বারবার ਬੋਲਦੇ ਨੇ ਹਨਾ ਔਰ ਪੰਜਾਬ ਚ ਭਗਵੰਤ ਮਾਨ ਜੀ ਦੀ ਦੁਕਾਨ ਜੜੀ ਨਾ ਝੂਠ ਦੀ ਦੁਕਾਨ ਹੈ ਠੀਕ ਹੈ ਝੂਠ ਫਰੇਵ ਵੀ ਦੇ ਇਲਾਵਾ ਭਗਵੰਤ ਮਾਨ ਸਾਹਿਬ ਨੇ ਕੁਝ ਨਹੀਂ ਕੀਤਾ ਮਾਨ ਸਾਹਿਬ ਆਪ ਜੀ ਨੂੰ ਤੁਹ ਬਹੁਤ ਪੁਰਾਣਾ ਜਾਣਦਾ ਤੁਹਾਨੂੰ ਭੁੱਲ ਗਏ ਹੋਣੇ ਤੁਹਾਡਾ ਇੱਕ ਦੋਸਤ ਹੀ ਮਨਜੀਤ ਸਿੱਧੂ ਉਹ ਮੇਰੇ ਕੋਲ ਤੋਂ ਲੈ ਕੇ ਆਇਆ ਸੀ 15 ਸੈਕਟਰ ਤੇ ਅਸੀਂ ਤੁਹਾਡੀ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਇਸ ਸਮਾਜਿਕ ਮੁੱਦੇ ਦੇ ਉੱਪਰ ਤਾਂ ਟ੍ਰਿਬਿਊਨ ਦੇ ਇੱਕ ਪੱਤਰਕਾਰ ਹੁੰਦੇ ਸਰਜੀਤ ਢੱਲੇਵਾਲ ਸਾਹਿਬ ਠੀਕ ਹੈ ਤਦੋਂ ਪੰਜਾਬ ਬਿਊਰੋ ਦੇ ਪਾਰਟ ਹੁੰਦੇ ਸੀ ਹੈੱਡ ਵੀ ਨਹੀਂ ਹੁੰਦੇ ਸੀ ਹੈਨਾ ਤੁਹ ਯਾਦ ਹੈ ਤੁਹਾਡੀ ਚੰਗੀ ਦੋਸਤੀ ਪੈ ਗਈ ਸੀ ਮੈਂ ਤੇ ਤੁਸੀਂ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਤੁਹਾਡਾ ਮੈਂ ਮੌਰੀ ਵਾਲਾ ਘਰ ਵੀ ਦੇਖਿਆ ਉਹ ਵਲੀਵਾਲਾ ਗਰਾਊਂਡ ਵੀ ਤੁਸੀਂ ਚਾਹ ਚੂ ਪੀ ਲੈਂਦੇ ਸੀ ਕਿ ਬਾਕੀ ਚੀਜ਼ਾਂ ਸੀ ਪਿੰਦੇ ਨਹੀਂ ਸੀ ਸੋਮਾਨ ਸਾਹਿਬ ਆਪ ਜੀ ਨੇ ਬਹੁਤ ਚੰਗੀ ਤਰ੍ਹਾਂ ਵਾਕਮਾ ਮੈਂ ਦਾਅਵੇ ਨਾ ਕਹਿ ਸਕਦਾ ਮਾਨ ਸਾਹਿਬ ਤੁਸੀਂ ਪਿਓਰ 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 ਝੂਠੀ ਦੁਕਾਨ ਜਿਹੜੀ ਪੰਜਾਬ ਚ ਚਲਾਈ ਹੋਈ ਹੈ ਹੋਰ ਕੁਛ ਨਹੀਂ ਚਲਾਈ ਹੋਈ ਅੱਛਾ ਇਹ ਦੇਖੋ ਮਾਨ ਸਾਹਿਬ ਦੇਖੋ ਹੁਣ ਰੀਸੈਂਟ ਗੱਲ ਕਰ ਲਈਏ ਤੁਸੀਂ ਕਿਹਾ ਸੀਗਾ ਕਿ ਅਸੀਂ ਜਦ ਸਰਕਾਰ ਸਾਡੀ ਬਣੇਗੀ ਖਰਾਬੇ ਦਾ ਬਿਨਾ ਗਰਦੋਰੀ ਦੇ 20000 ਰੁਪਿਆ ਸੀ ਪ੍ਰਤੀ ਏਕੜ ਮੁਆਵਜ਼ਾ ਦੇਵਾਂਗੇ ਦਿੱਤਾ ਕਿੰਨਾ ਦੱਸੋ ਇਸ ਵਾਰ ਤਾਂ ਮਿਲੇ ਨੇ ਪਿਛਲੇ ਵੀ ਜਿਹੜਾ ਕੀਤਾ ਜਿਹੜਾ ਪਿਛਲੇ ਦੇ ਵੀ 6800 ਕਰੋੜ ਰੁਪਏ ਨਾਲ ਕੁੱਲ ਟੋਟਲ ਵੰਡੇ ਆ ਵੀ ਪੰਜਾਬ ਦੇ ਅੰਦਰ ਉਹ ਕੇਂਦਰ ਦੇ ਪੈਸੇ ਤੋਂ ਵੰਡੇ ਆ ਪੰਜਾਬ ਦਾ ਪੈਸਾ ਤੇ ਕਿ ਨਹੀਂ ਲਾਇਆ ਸੋ ਆਪਣਾ 20 ਜਿਆਦਾ ਵਾਅਦਾ ਕਰਦਾ ਸੋ ਝੂਠੀ ਦੁਕਾਨ ਹੈ ਤੁਸੀਂ ਕਿਹਾ ਸੀਗਾ ਕਿ ਜਿਹੜੇ ਪੰਜਾਬ ਦੇ ਅੰਦਰ ਜਿਨੇ ਵੀ ਫਸਲਾਂ ਹੈ ਅਸਰਿਤ ਐਮ ਐਸ ਪੀ ਲਾਗੂ ਕਰਾਂਗੇ ਕਾਨੂੰਨ ਬਰਾਵਾਗੇ 24 ਮਹੀਨੇ 2 ਸਾਲ ਬੀਤ ਗਏ ਤੁਸੀਂ ਨਹੀਂ ਬਣਾਇਆ ਤੇ ਮਾਨ ਸਾਹਿਬ ਅਸੀਂ ਕਿਉਂ ਨਾ ਕਿ ਤੁਹਾਡੀ ਝੂਠੀ ਦੁਕਾਨ ਹੈ ਮਾਨ ਸਾਹਿਬ ਤੁਸੀਂ ਕਿਹਾ ਸੀਗਾ ਕਿ ਅਸੀਂ ਹਰ ਮਹਿਲਾ ਨੂੰ 1000 ਮੇਰੀ ਮਾਂ ਭੈਣ ਸਭ ਸਭ ਵਿੱਚ ਪਾ ਲੈ ਸਾਰੇ ਪਰਿਵਾਰ ਚ ਅਗੇ ਚਾਰ ਜੀ ਮਹਿਲਾ ਹੈ ਕਿ ਨਾ ਚਾਰਨੂੰ 1000 ਰੁਪਏ ਮਿਲੇਗਾ ਪਰ ਮੀਨੇ ਮਿਲੇਗਾ ਪਰ ਮਾਸ ਮਿਲੇਗਾ ਤੁਸੀਂ ਕਿਆ ਸੀਗਾ ਉਹ ਹੁਣ ਤੱਕ ਨਹੀਂ ਮਿਲਿਆ 24 24 25000 ਪੈਂਡਿੰਗ ਹੋ ਤੁਹਾਡੇ ਕਰਨੇ ਹਰ ਮਹੀਨਾ ਦਾ ਠੀਕ ਹੈ ਨਾ ਫਿਰ ਤੈਨੂੰ ਝੂਠੀ ਦੁਕਾਨ ਕਿਉਂ ਨਾ ਕਹੀਏ ਮਾਨ ਸਾਹਿਬ ਤੁਸੀਂ ਪਿਓਰ ਹੋਰ ਪਿਓਰ ਝੂਠੀ ਦੁਕਾਨ ਹੋ ਠੀਕ ਹੈ ਤੁਸੀਂ ਕਿਆ ਸੀ ਹੁਣ ਥੋੜੀ ਪਰਸਨਲ ਗੱਲ ਹੋ ਗਈ ਬੁਰਾ ਨਾ ਮੰਨਿਓ ਤੁਸੀਂ ਕਿਆ ਸੀਗਾ ਟਵੀਟ ਕਰਕੇ ਕਿ ਮੈਂ ਮੈਂ ਜਦ ਆਪਣੀ ਵਾਈਫ ਨੇ ਡਿਵੋਰਸ ਕੀਤਾ ਸੀ ਕਿ ਮੈਂ ਪੰਜਾਬ ਵਾਸਤੇ ਆਪਣਾ ਪਰਿਵਾਰ ਛੱਡਦਾ ਤੇ ਹੁਣ ਪੰਜਾਬ ਵਾਸਤੇ ਵਿਆਹ ਵੀ ਕਰ ਲਿਆ ਤੁਸੀਂ ਠੀਕ ਹੈ ਸੋ ਤੁਸੀਂ ਝੂਠ ਦੀ ਦੁਕਾਨ ਨੂੰ ਮਾਨ ਸਾਹਿਬ ਹੋਰ ਕੁਝ ਨਹੀਂ ਝੂਠ 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 ਦੀ ਦੁਕਾਨ ਤੁਸੀਂ ਇੱਕ 300 ਯੂਨਟ ਬਿਜਲੀ ਦੇ ਇਲਾਵਾ ਦੱਸੋ ਹੋਰ ਕੀਤਾ ਕੀ ਹੈ ਪੰਜਾਬ ਦੇ ਅੰਦਰ ਤੁਸੀਂ ਕਿਹਾ ਸੀਗਾ ਜੀ ਕਿ ਅਸੀਂ ਪੰਜਾਬ ਦੇ ਅੰਦਰ 24 ਘੰਟੇ ਬਿਜਲੀ ਦਵਾਂਗੇ ਬਿਜਲੀ ਨਹੀਂ ਮਿਲੀ ਤੁਸੀਂ ਕਿਹਾ ਸੀ ਦੋ ਸਾਲ ਦੇ ਅੰਦਰ ਸਾਰੀ ਲਾਈਨਾਂ ਬਦਲ ਦਾਂਗੇ ਤਾਂ ਕਿ ਟ੍ਰਾਂਸਮਿਸ਼ਨ ਲਾਸ ਘਟ ਜਾਏ ਤੁਸੀਂ ਨਹੀਂ ਕੀਤਾ ਤੁਸੀਂ ਜਿਹੜੇ ਵਪਾਰੀਆਂ ਨਾਲ ਵਾਅਦੇ ਕੀਤੇ ਸੀ ਉਹ ਵੀ ਪੂਰੇ ਨਹੀਂ ਕੀਤੇ ਤੁਹਾਨੂੰ ਯਾਦ ਹੋਏ ਤੁਸੀਂ ਕਿਹਾ ਨਾ ਬੋਰਡ ਪ੍ਰੋਮਿਸ ਕੀਤਾ ਸੀ ਕਿ ਵਪਾਰੀਆਂ ਦਾ ਜਿਵੇਂ ਅਸੀਂ ਕਮਿਸ਼ਨ ਬਣਾ ਦਾਂਗੇ ਬੋਰਡ ਟਾਈਪ ਬਣਾ ਦਾਂਗੇ ਜਿਸ ਚ ਵਪਾਰੀ ਬੈ ਕੇ ਨਿਰਣੇ ਕਰਨਗੇ ਤੇ ਜਿਹੜੇ ਪੋਲੀਟੀਕਲ ਲੋਗ ਨੇ ਮਨਿਸਟਰ ਨੇ ਉਹਨੂੰ ਇੰਪਲੀਮੈਂਟ ਕਰਨਗੇ ਫਿਰ ਤਨੂੰ ਝੂਠ ਦੀ ਦੁਕਾਨ ਕਿਉਂ ਨਾ ਕਹੀ ਮਾਨ ਸਾਹਿਬ ਝੂਠ ਝੂਠ ਹੋਰ ਝੂਠੀ ਦੁਕਾਨੋਂ ਹਾਂ ਤਨੂੰ ਇੱਕ ਟ੍ਰਿਕ ਆਂਦਾ ਹੈ ਤੁਕਲੇ ਸਣਾ ਲੋਕਾਂ ਨੂੰ ਜੋੜਨਾ ਪਰ ਉਹ ਵੀ ਹੁਣ ਸੀ ਕੈਮਰੇ ਤੱਕ ਤੁਸੀਂ মিডিਆ ਖਰੀਦਿਆ ਹੋਇਆ ਪੰਜਾਬ ਦਾ ਖਰੀਦਿਆ ਸ਼ਬਦ ਥੋੜਾ ਜਿਆਦਾ ਭਾਦਾ ਹੋਏਗਾ ਤੁਸੀਂ মিডিਆ ਨੂੰ ਇਨੇ ਵਿਗਿਆਪਨ ਦਿੰਦੇ ਤੇ ਇਨੇ ਵਿਗਿਆਪਨ ਦਿੰਦੇ ਤੇ ਇਨੇ ਵਿਗਿਆਪਨ ਦਿੰਦੇ ਜਿਹੜੇ ਲਹਿਰ ਆਪਦੇ ਨਾਲ ਜਿਹੜੇ 15 ਸਾਲ 20 ਸਾਲ ਚ ਪੰਜਾਬ ਸਰਕਾਰ ਨੇ ਦਿੱਤੇ ਤੁਸੀਂ 2 ਸਾਲ ਚ ਦੇਤੇ ਇਹ ਤੋਂ ਚੰਗਾ ਕੰਮ ਕੀਤਾ ਹੋਇਆ ਇਹਦੇ ਕਰਕੇ মিডিਆ ਤੁਹਾਡੇ ਖਿਲਾਫ ਗੱਲ ਨਹੀਂ ਦਿਖਾਂਦਾ ਜਦੋਂ ਰੋਡ ਸ਼ੋਅ ਚੱਲਦਾ ਉਹਨਾਂ ਜੇ ਕੈਮਰਾ ਫਿੱਟ ਰਹਿੰਦਾ ਦੇਖੋ ਯਾਦ ਕਰੋ ਇਹ ਮਾਨਸਾ ਤੋਂ ਆਸਪਾਸ ਛੰਡੇ ਉਹ ਛੰਡੇ ਦੇ ਪਿੱਛੇ ਤਾਂ ਖਾਲੀ ਸੜਕ ਹੁੰਦੀ ਹੈ ਠੀਕ ਹੈ ਉਹਨਾਂ ਦਿਖਾ ਦਿਖਾ ਕੇ ਲੋਕ ਸਵਾਡੇ ਮੰਤਰੀਆਂ ਨੂੰ ਸੜਕਾਂ ਤੇ ਪੁੱਛਦੇ ਪਏ ਨੇ ਝੂਠ ਦੀ ਦੁਕਾਨ ਹੈ ਮਾਨ ਝੂਠ ਦੀ ਦੁਕਾਨ ਹੈ ਮਾਨ ਜੋ ਜੀ ਜੇਸਲੀ ਕਿਨਾਂ ਤੁਸੀਂ ਗੱਲ ਕਰ ਰਹੇ ਹੋ ਹੁਣ ਬੀਜੇਪੀ ਦਾ ਪੰਜਾਬ ਦੇ ਵਿੱਚ ਮੇਨ ਮੁਕਾਬਲਾ ਕਿਹਦਣਾ ਫਾਈਟ ਕਿਹਦਣਾ ਹੈ ਕਾਂਗਰਸ ਨਾਲ ਆਮ ਆਦਮੀ ਪਾਰਟੀ ਨਾਲ ਜਾਂ ਫਿਰ ਅਕਾਲੀ ਦਲ ਨਾਲ ਪੰਜਾਬ ਦੇ ਅੰਦਰ ਬੀਜੇਪੀ ਦਾ ਜਿਹੜਾ ਫਾਈਟ ਹੈ ਉਹ ਕਾਂਗਰਸ ਨਾਲ ਵੀ ਹੈ आम आदमी पार्टी नाल ਵੀ ਹੈ ਸ਼੍ਰੀਮਣੀ ਕਾਲੀਦਾਲ ਨਾ ਵੀ ਹੈ ਆਮ ਆਦਮੀ ਪਾਰਟੀ ਦਾ ਵਜੂਦ ਇਸ ਲਈ ਜ਼ਿਆਦਾ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਠੀਕ ਹੈ ਕਾਂਗਰਸ ਹੈ ਇਸ ਲਈ ਵੀ ਕਾਂਗਰਸ ਚੜਾ ਹੈ ਆਪਣੇ ਆਪ ਨੂੰ ਫਾਈਟਿੰਗ ਚ ਮੰਨਦਾ ਹੈ ਤੇ ਸ਼੍ਰੀਮਣੀ ਕਾਲੀਦਾਲ ਨੂੰ ਵੀ ਡਿਸਕਾਊਂਟ ਨਹੀਂ ਲੈਣਾ ਚਾਹਦਾ ਭਾਰਤੀ ਜਨਤਾ ਪਾਰਟੀ ਤਿੰਨਾਂ ਦੇ ਨਾਲ ਬਰਾਬਰ ਲੜਾਈ ਲੜ ਰਹੀ ਹੈ ਠੀਕ ਹੈ ਤਿੰਨਾਂ ਨਾਲ ਵੱਡੀ ਲੜਾਈ ਲੜ ਰਹੀ ਹੈ ਵੱਡੀ ਲੜਾਈ ਸਭ ਤੋਂ ਵੱਡੀ ਆਮ ਆਦਮੀ ਪਾਰਟੀ ਨਾਲ ਹੈ ਫਿਰ ਕਾਂਗਰਸ ਨਾਲ ਹੈ ਫਿਰ ਸ਼੍ਰੀਮਣੀ ਕਾਲੀਦਾਲ ਦੇ ਨਾਲ ਹੈ ਔਰ ਮੈਨੂੰ ਮੈਨੂੰ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਇਸ ਵਾਰ ਪੰਜਾਬ ਦੇ ਅੰਦਰ ਲੋਕਾਂ ਦੇ ਅਸ਼ੀਰਵਾਦ ਦੇ ਨਾਲ ਜਿਹੜਾ ਹੈ ਭਗਵੰਤ ਮਾਨ ਦਾ ਨਾਰਾ 13 ਜ਼ਰੂਰ ਦਾ ਜ਼ਰੂਰ ਪੂਰਾ ਕਰੇਗੀ ਤੁਸੀਂ ਜੀ ਜਿਸ ਤਰੀਕੇ ਦੇ ਨਾਲ ਗੱਲ ਹੈ ਲਈ ਸ਼੍ਰੋਮਣੀ ਅਕਾਲੀ ਦਲ ਦੀ ਕਿਤਨਾ ਕਿਤੇ ਜਿਵੇਂ ਪਹਿਲਾਂ ਇਕੱਠੇ ਲੜਦੇ ਸੀ ਜਾਂ ਫਿਰ ਉਹਨਾਂ ਦਾ ਹੀ ਸਾਥ ਦਿੰਦੇ ਸੀ ਅੱਜ ਉਹਨਾਂ ਦੇ ਖਿਲਾਫ ਖੜੇ ਹੋ ਗਏ ਬੀਜੇਪੀ ਵਾਲੇ ਜਾਂ ਅਕਾਲੀ ਦਲ ਵਾਲੇ ਬੀਜੇਪੀ ਦੇ ਖਿਲਾਫ ਖੜੇ ਹੋ ਗਏ ਤਾਂ ਕਿੰਨਾ ਕੁ ਚੈਲੰਜ ਰਹੇਗਾ ਇਸ ਸਭ ਦੇ ਵਿੱਚ ਦੇਖੋ ਨੋ ਡਾਊਟ ਜਬ 25 30 ਸਾਲ ਇਕੱਠੇ ਕੰਮ ਕੀਤਾ ਹੋਇਆ ਨਾ ਤੇ ਜਿਹੜੀਆਂ ਸਾਹ ਜੜੀਆਂ ਨੇ ਬੜੀ ਸਟਰੋਂਗ ਹੁੰਦੀ ਹੈ ਠੀਕ ਹੈ ਔਰ ਉਹ ਟੁੱਟਦੇ ਟਾਈਮ ਲੱਗਦਾ ਹੈ ਠੀਕ ਹੈ ਨਾ ਲੋਕ ਇਹਨੂੰ ਸਿਆਸਤ ਦੀ ਸਾਧਨਾ ਸਮਝੋ ਕੰਮ ਕਰਦੇ ਕਰਦੇ ਅਸੀਂ ਘਾਟ ਤੋਂ ਘਾਟ 25 ਸਾਲ ਦੇ ਅੰਦਰ ਪੰਜ ਲੋਕ ਸਭਾ ਪੰਜ ਵਿਧਾਨ ਸਭਾ ਚੋਣਾਂ ਇਕੱਠੀਆਂ ਲੜ ਲੀਆਂ ਹੋਣੀਆਂ ਹਨਾ ਤੇ ਉਹਨਾਂ ਚੋਣਾਂ ਦੇ ਅੰਦਰ ਦੁੱਖ ਸੁੱਖ ਗੱਪਸ਼ਾਪ ਕਿਸੇ ਲੀਡਰ ਦੇ ਘਰ ਜਾਣਾ ਆਉਣਾ ਜਿਹੇ ਰਿਸ਼ਤੇ ਬਣ ਜਾਂਦੇ ਨੇ ਪਰ ਫਿਰ ਵੀ ਦੇਸ਼ ਦੇ ਵਾਸਤੇ ਪੰਜਾਬ ਦੀ ਤਰੱਕੀ ਵਾਸਤੇ ਠੀਕ ਹੈ ਸਾਡਾ ਵਰਕਰ ਜਿਹੜਾ ਹੈਗਾ ਉਸ ਰਿਸ਼ਤੇ ਨੂੰ ਵੀ ਥੋੜਾ ਜਿਹਾ ਉਲਾ ਕਰਕੇ ਹੁਣ ਅੱਗੇ ਵਧਦਾ ਪਿਆ ਔਰ ਮੈਨੂੰ ਪੂਰੀ ਉਮੀਦ ਹੈ ਕਿ ਸਾਡੇ ਵਰਕਰ ਨੂੰ ਜਿਵੇਂ ਪੰਜਾਬ ਦੇ ਅੰਦਰ ਲੋਕ ਰਿਸਪਾਂਸ ਦੇ ਰਹੇ ਨੇ ਠੀਕ ਹੈ ਉਹ ਬਹੁਤ ਵੱਡੀ ਬਲੇਸਿੰਗ ਹੈ ਔਰ ਉਹ ਪੱਕਾ ਪੱਕਾ ਜਿਹੜਾ ਹੈ 13 ਭਾਜਪਾ ਬਾਕੀ 0 ਦੇ ਵੱਲ ਲੈ ਕੇ ਜਾਏਗਾ ਸ਼੍ਰੋਮੇ ਕਾਲੀਦਾਲ ਨੇ ਪਿਛਲੇ ਦਿਨ ਵੀ ਸ਼ਰਤਾ ਰੱਖੀਆਂ ਸੀ ਵੀ ਜੇ ਅਸੀਂ ਗੱਠਜੋੜ ਕਰਨਾ ਸਾਡੀਆਂ ਸ਼ਰਤਾਂ ਨੇ ਔਰ ਬੀਤੇ ਦਿਨ ਵੀ ਦੈਨਿਕ ਸੋਹਰਾ ਦੇ ਨਾਲ ਗੱਲਬਾਤ ਕੀਤੀ ਆ ਸੁਖਵੀਰ ਬਾਦਲ ਨੇ ਉਹ ਕਹਿੰਦੇ ਵੀ ਜੇਕਰ ਸਾਡੀਆਂ ਸ਼ਰਤਾਂ ਮੰਨੀਆਂ ਜਾਂਦੀਆਂ ਅਸੀਂ ਐਨਡੀਆ ਨੂੰ ਸਮਰਥਨ ਦੇ ਦਿੰਨੇ ਆਂ ਚਲੋ ਕੋਈ ਗੱਲ ਨਹੀਂ ਫਿਲਹਾਲ ਤਾਂ ਅਸੀਂ ਅਲੱਗ-ਅਲੱਗ ਚੋਂ ਲੜ ਰਹੇ ਆ ਸੱਚ ਸੱਚ ਤਾਂ ਇਹੀ ਹੈ ਕਿ 13 ਉਹਨਾਂ ਦੇ ਕੈਂਡੀਡੇਟ ਹੈ 13 ਸਾਡੇ ਕੈਂਡੀਡੇਟ ਨੇ ਪੰਜਾਬ ਦੇ ਅੰਦਰ ਨਾ ਸੱਚ ਤੇ ਹੀ ਹੈ ਸੱਚ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਆਪਣਾ ਝੰਡਾ ਲੈ ਕੇ ਚੱਲੀ ਹੈ ਸ਼ਰਮਣੀਕਲ ਅਦਰ ਆਪਣਾ ਝੰਡਾ ਲੈ ਕੇ ਚੱਲੀ ਹੈ ਭਾਰਤੀ ਜਨਤਾ ਪਾਰਟੀ ਦੇਸ਼ ਨੂੰ ਜੋੜਨ ਦੀ ਗੱਲ ਕਰਦੀ ਹੈ ਤੇ ਸ਼ਰਮਣੀਕਲ ਦਲ ਜਿਹੜੇ ਨਾਰੇ ਨੇ ਉਹ ਤਾਂ ਕਿ ਛੁਪੇ ਨਹੀਂ ਹੈ ਜੋ ਜਿਹੇ ਨਾਰੇ ਉਹ ਦੇ ਰਹੇ ਨੇ ਹੈ ਨਾ ਖਾਸ ਕਰਕੇ ਜਦ ਉਹ ਐਸ்சிਪੀਸੀ ਪ੍ਰਧਾਨ ਦੇ ਰਾਹੀ ਜਿਹੜੀ ਸ਼ੈਡੋ ਬਾਕਸਿੰਗ ਕਰਨ ਦੀ ਕੋਸ਼ਿਸ਼ ਕਰਦੇ ਛੁਪੇ ਨਹੀਂ ਹੈ ਉਹਨਾਂ ਨੂੰ ਸਟ੍ਰੈਟਜੀ ਉਹਨਾਂ ਦੀ ਮੁਬਾਰਕ ਅਲਾਈਅੰਸ ਹੈ ਕਿ ਨਹੀਂ ਹੈ ਅੱਗੇ ਫਿਊਚਰ ਪਤਾ ਨਹੀਂ ਪਰ ਅੱਜ ਦੀ ਡੇਟ ਚ ਅਸੀਂ ਡਟ ਕੇ ਹਰ ਜਗ੍ਹਾ ਹਰ ਲੋਕ ਸਭਾ ਚ ਸ਼੍ਰਮਣੀ ਕਾਲੀ ਦਲ ਦੇ ਖਿਲਾਫ ਵੀ ਪ੍ਰਚਾਰ ਕਰ ਰਹੇ ਹਾਂ ਮੇਰਾ ਆਖਰੀ ਸਵਾਲ ਹੈ ਜਿਸ ਤਰੀਕੇ ਦੇ ਨਾਲ ਸਵਾਤੀ ਮਾਲੀਵਾਲ ਦੇ ਨਾਲ ਦਿੱਲੀ ਦੇ ਵਿੱਚ ਕੁੱਟਮਾਰ ਹੁੰਦੀ ਹੈ ਔਰ ਬਾਅਦ ਵਿੱਚ ਕੱਲ ਉਹਨਾਂ ਦਾ ਬਿਆਨ ਉਹਦਾ ਟਵੀਟ ਕਰਕੇ ਜਾਣਕਾਰੀ ਦਿੰਦੇ ਆ ਵੀ ਕਈ ਸੀਨੀਅਰ ਨੇਤਾ ਜਿਹੜੇ ਨੇ ਉਹਨਾਂ ਨੂੰ ਵੀ ਦਬਾਅ ਪਾਇਆ ਜਾ ਰਿਹਾ ਸਵਾਤੀ ਮਾਲੀਵਾਲ ਦੇ ਖਿਲਾਫ ਬੋਲਣ ਔਰ ਉਹਨਾਂ ਦੀ ਇਮੇਜ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਯਾਰ ਇਹ ਵੀ ਟਵੀਟ ਕੀਤਾ ਵੀ ਮੈਂ ਆਪਣੀ ਲੜਾਈ ਜਿਹੜੀ ਹੈ ਸੱਚ ਦੀ ਉਹ ਇਕੱਲੀ ਲੜੂੰਗੀ ਕਿਵੇਂ ਦੇਖਦੇ ਹੋ ਇਸ ਨੂੰ ਦੇਖੋ ਆਮ ਆਦਮੀ ਜਿੰਨੇ ਸਾਡੇ ਪੰਜਾਬ ਮੇਰੇ ਵੀਰ ਮੈਨ ਸੁਣਦੇ ਨੇ ਨਾ ਉਹ ਗੱਲ ਚੰਗੀ ਤਰ੍ਹਾਂ ਸਮਝਣ ਸਵਾਤੀ ਮਾਲੇਵਾਲ ਜਦ ਤੱਕ ਆਮ ਆਦੀ ਪਾਰਟੀ ਸੀਗੀ ਬਹੁਤ ਚੰਗੀ ਸੀਗੀ ਮਿਹਨਤ ਕੀਤੀ ਉਹਨੂੰ ਜਿਹੜਾ ਸਾਡਾ ਸਟੇਟ ਦਾ ਔਮਨ ਕਮਿਸ਼ਨ ਹੈ ਦਿੱਲੀ ਦਾ ਉਹਦਾ ਉਹਦਾ ਚੇਅਰਮੈਨ ਬਣਾਤਾ ਉਹਦਾ ਉਹ ਟੇਨਰ ਖਤਮ ਹੋ ਰਜ ਸਭ ਭੇਜਦਾ ਤਾਂ ਤਾਂ ਚੰਗੀ ਸੀ ਜਿਸ ਦਿਨ ਘਰ ਦੇ ਅੰਦਰ ਝਗੜਾ ਹੋਇਆ ਉਹਦੇ ਨਾਲ ਮਾਰ ਕੁੱਟਾਈ ਉਸ ਸ਼ਣ ਤੱਕ ਵੀ ਉਹ ਚੰਗੀ ਸੀਗੀ ਠੀਕ ਹੈ ਸੋ ਮੇਰੀ ਆਵਾ ਦੀ ਪਾਰਟੀ ਨੂੰ ਬੇਨਤੀ ਹੈ ਬੰਦਾ ਚੰਗਾ ਹੁੰਦਾ ਜਾਂ ਮਾੜਾ ਹੁੰਦਾ ਇਸ ਕਰਕੇ ਚੰਗਾ ਮਾੜਾ ਨਹੀਂ ਹੁੰਦਾ ਸਾਡੇ ਨਾਲ ਖੜਾ ਤਾਂ ਚੰਗਾ ਹੈ ਸਾਡੇ ਆਪੋ ਚੱਲ ਜਾਏ ਮਾੜਾ ਹੈ ਸਵਾਤੀ ਮੇਲੇ ਵਾਲੇ ਜਿਹੜੇ ਕੁਐਸਚਨ ਖੜੇ ਕੀਤੇ ਆ ਬੜੇ ਮਹੱਤਵਪੂਰਨ ਕੁਐਸਚਨ ਨੇ ਮਹਿਲਾ ਸੁਰੱਖਿਆ ਨਾਲ ਜੁੜੇ ਕੁਐਸਚਨ ਨੇ ਮਹਿਲਾ ਦੇ ਪ੍ਰਤੀ ਮਾਨ ਸਨਮਾਨ ਦੇ ਕੁਐਸਚਨ ਨੇ ਮਹਿਲਾ ਦੇ ਪ੍ਰਤੀ ਮਾਨ ਸਨਮਾਨ ਆਵਾ ਦੀ ਪਾਰਟੀ ਨਹੀਂ ਕਰਦੀ ਇਹਦੇ ਬਹੁਤਾਰੇ ਉਦਾਹਰਣਾਂ ਹੈ ਇੱਕ ਉਦਾਹਰਣ ਇਹ ਵੀ ਹੈ ਪੰਜਾਬ ਦੇ ਅੰਦਰ ਮਾਵਾਂ ਪੈਰਾਂ ਨੂੰ ਝੂਠ ਬੋਲ ਕੇ ਹਜ਼ਾਰਾਂ ਰੁਪਏ ਮਿਨਾ ਦਵਾਂਗੇ ਇਹਨਾਂ ਸੱਤਾ ਪ੍ਰਾਪਤੀ ਕੀਤੀ ਸੀਗੀ ਇਹ ਹੈ ਨਹੀਂ ਹੈ ਭਗਵੰਤ ਮਾਨ ਸਾਹਿਬ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਬੇਟੀ ਨੇ ਜਿਹੜਾ ਉਹਨਾਂ ਬਾਰੇ ਬੋਲਿਆ ਉਹ ਵੀ ਦੱਸਦਾ ਕਿ ਮਹਿਲਾਵਾਂ ਦਾ ਕਿੰਨਾ ਕੁ ਮਾਨ ਸਨਮਾਨ ਜਿਹੜੀ ਹੈ ਆਵਾਦੀ ਪਾਰਟੀ ਕਰਦੀ ਹੈ ਚਾਹੇ ਉਹ ਦਿੱਲੀ ਹੈ ਤੇ ਚਾਹੇ ਉਹ ਪੰਜਾਬ ਹੈ ਚਾਹੇ ਉਹ ਕੇਜਰੀਵਾਲ ਦਾ ਘਰ ਹੈ ਚਾਹੇ ਉਹ ਭਗਵੰਤ ਮਾਨ ਦਾ ਘਰ ਹੈ ਕਿਉਂਕਿ ਕੇਜਰੀਵਾਲ ਦੇ ਘਰ ਸਵਾਤੀ ਮਾਲਮ ਮਾਰਕੁਟਾਈ ਹੋਈ ਤੇ ਭਗਵੰਤ ਮਾਨ ਦੀ ਬੇਟੀ ਕਹਿੰਦੀ ਮੈਨੂੰ ਘਰੋਂ ਬਾਹਰ ਮੋੜਿਆ ਗਿਆ ਸੋ ਦੋਨਾਂ ਦੇ ਘਰ ਜਿਹੜੇ ਹੈਗੇ ਨੇ ਉਹ ਮਹਿਲਾਵਾਂ ਦੇ ਸਨਮਾਨ ਦਾ ਜਿਹੜਾ ਹੈਗਾ ਚਿੰਨ ਨੇ ਨੇ ਜਵਾਬ ਦੇਣਾ ਬਣਦਾ ਹੈ ਜਵਾਬ ਤੋਂ ਨਾ ਭਜੋ ਝੂਠ ਨਾ ਬੋਲੋ ਦੇਖੋ ਮੈਂ ਬਾਅਦ ਚ ਫੇਰ ਆ ਕੇ ਚਕੂੰਗਾ ਝੂਠ ਬੋਲਣ ਦੀ ਮਸ਼ੀਨ ਆਵਾਦੀ ਪਾਰਟੀ ਨਾ ਬਣੇ ਕਾਟੋ-ਕਾਟ ਇਹਦੀ ਚਿੰਤਾ ਤਾਂ ਕਰੋ ਕਿ ਲੋਗਾ ਦੇ ਅੰਦਰ ਜੜਾ ਹੈਗਾ ਹੈ ਉਹ ਰਾਜਨੀਤਿਕ ਪਾਰਟੀਆਂ ਵਾਸਤੇ ਇੱਕ ਮਾਨਸਮਾਨ ਬਣਿਆ ਰਵੇ ਇੱਕ ਉਹਨਾਂ ਦੇ ਦਿਮਾਗ 'ਚ ਰਿਸਪੈਕਟ ਬਣੀ ਰਹੇ ਉਹਨੂੰ ਡਿਮੋਲਿਸ਼ ਨਾ ਕਰੋ ਨਾ ਕਰੋ ਨਾ ਕਰੋ ਸੰਗਰੂਪ ਦੇ ਵਿੱਚ ਇੱਕ ਪਿਆਨ ਆਉਂਦਾ ਹੈ ਭਗਵੰਤ ਮਾਨ ਦੀ ਪਤਨੀ ਦਾ ਵੀ ਕਹਿੰਦੇ 100000 ਰੁਪਏ ਅਸੀਂ ਮਹਿਲਾਵਾਂ ਨੂੰ ਦਵਾਂਗੇ ਬਹੁਤ ਜਲਦੀ ਔਰ ਦੂਸਰੇ ਪਾਸੇ ਦਿੱਲੀ ਦੀ ਗੱਲ ਲੈ ਲਈਏ ਸੁਆਤੀ ਮਾਲੀਵਾਲ ਨੇ ਇਹ ਵੀ ਮੰਨਿਆ ਹੈ ਵੀ ਪੁਸ਼ਟੀ ਵੀ ਕੀਤੀ ਹੈ ਜਦੋਂ ਮੇਰੇ ਨਾਲ ਮਾਰਕਟ ਆਈ ਹੋਈ ਉਹਦੋਂ ਅਰਵਿਦ ਕੇਜਰੀਵਾਲ ਜਿਹੜੇ ਘਰ 'ਚ ਮ देखो इन्हों ना द्रौपदी का चीर हरण जोड़ना चाहता है ठीक है द्रौपदी का चीर हरा दुर्योधन उत बैठा हों दुशासन करता है ठीक है तो दुर्योधन तो अंदर बैठा ही सीगा। उस सारे वो सारे पता सीगा वो ठीक है एक सौ बयान दिन बयान अच्छी सीगा वो ठीक हूँ ठीक है कि उन्होंने पब्लिकली गल कह दी पर अदरवाइज बयाना चल कही चुकी है वो ठीक है और चर्चा है ਕਿ ਉਸ ਕੇਜਰੀਵਾਲ ਸਾਹਿਬ ਦੀ ਜਿਹੜੀ ਵਾਈਫ ਹੈ ਉਹਨਾਂ ਨੇ ਵੀ ਹੱਥ ਆਪਾਈ ਕੀਤੀ ਹੈ ਚਰਚਾ ਹੈ ਉਹ ਸਾਡੇ ਇੱਕ ਲੀਡਰ ਹੈ ਭਾਜਪਾ ਦਰਨ ਇਹ ਬਿਆਨ ਵੀ ਦਿੰਦਾ ਇਸ ਗੱਲ ਦੇ ਉੱਪਰ ਠੀਕ ਹੈ ਨਾ ਸੋ ਅਰ ਨਾਲ ਦਿਨ ਦੇਖੇਗਾ ਲੇਕਿਨ ਚਾਹ ਕੇਜਰੀਵਾਲ ਦਾ ਕਰ ਹੋਏ ਚਾਹ ਪੰਜਾਬ ਚੰਡੀਗੜ੍ਹ ਭਗਵੰਤ ਮਾਨ ਦਾ ਕਰ ਹੋਏ ਦੋਨੋਂ ਜਗ੍ਹਾ ਮਹਿਲਾਵਾਂ ਦਾ ਸਨਮਾਨ ਨਹੀਂ ਹੁੰਦਾ ਉੱਥੇ ਸਵਾਤੀ ਮੈਲੇਵਾਲ ਕਹਿੰਦੀ ਹੈ ਔਰ ਇੱਥੇ ਭਗਵੰਤ ਮਾਨ ਦੀ ਬੇਟੀ ਕਹਿੰਦੀ ਹੈ ਬਿਲਕੁਲ ਧੰਨਵਾਦ ਆ ਸਟੇਟ ਮੀਡੀਆ ਹੈਡ ਨੇ ਵਿਨੈਤ ਜੋਸ਼ੀ ਜੀ ਔਰ ਖਾਸ ਗੱਲਬਾਤ ਕੀਤੀ ਹੈ तमाम ਮੁੱਦਿਆਂ ਦੇ ਉੱਪਰ ਵੀ ਜ਼ਿਕਰ ਹੋਇਆ ਚਰਚ ਔਰ ਮੁੱਦੇ ਜਿਹੜੇ ਨੇ ਫਿਰ ਚਾਹੇ ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਸਬੰਧ ਰੱਖਦੇ ਹੋਣ ਜਾਂ ਫਿਰ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਤਾਂ ਉਹਦੇ ਉੱਤੇ ਫਿਰ ਖਾਸ ਗੱਲਬਾਤ ਜਿਹੜੀ ਹੈਗੀ ਆ ਉਹ ਕੀਤੀ ਗਈ ਹੈ। ਕੈਮਰਾ ਪਰਸਨ ਗਣੇਸ਼ ਦੇ ਨਾਲ ਮਨਜੋਤ ਸਿੰਘ ਕੰਗ ਡੇਨਿਕ ਸਵੇਰਾ ਟੀਵੀ ਮੋਹਾਲੀ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ